सत श्री अकाल जी सारे, मेरा नाम चरणजीत कौर, जम्मू क्षेत्र होम साइंस कृषि विज्ञान केंद्र श्री मुक्तसर साहब। अज मैं तुहानू नींबू का मिठा चार खाऊंगी, उहदे वास्ते आपां की समान चाहिए पहले मैं तुहानू उह ही दसदा। उहदे वास्ते आपां नींबू चाहिए है, नींबू 1 किलो। ये जिवें हुण मेरे कोल दूसरे नींबू है बीज वाले, तुसीं बारामासी नींबू भी लै सकते हो। बारामासी नींबू जो तुहाडे कोल 1 किलो आ ते उहदे च पाई आ तुहाडी चीनी पैणी 250 ग्राम चीनी, 200 ग्राम नमक, ते उहदे च पैणा 20 ग्राम जिहड़ा हैगा गर्म मसाला। गर्म मसाला जिवें मैं तुहानू पहलां दस्सिया सी पिछली रैसिपी दे विच, आपां मैं तुहानू दस्सिया सी भी उहदे च आपां वड्डी इलायची, दुबारा फिर नोट कर लो, वड्डी इलायची, दालचीनी, लौंग, काली मिर्च ते जीरा, धनिया नहीं पाउणा। ये सारिया पंजों चीज़ा लैके पंजा नूं तुसीं इहदे च 5-5 ग्राम लै लैणा, 25 ग्राम जिहड़ा हैगा ये अपना बन जूगा। इहनूं आपां पीस के जिहड़ा हैगा वो थोड़ा दड़ के रखना, थोड़ा वीक नहीं पीसना ज़्यादा, थोड़ा मोटा पीसना। उस तो बाद जिहड़ी हैगी इहदे च 5 ग्राम लाल मिर्च पैनी है, ते जिहड़ा हैगा इहदे च अजवाइन पैनी है 20 ग्राम। हुण इह तरीका जिहड़ा हैगा, पहलां नींबू नूं चंगी तरह धो के फिर तुसीं उहदी कटिंग कर लो। कटिंग दे वास्ते हैगा वी मैं जिवें छोटे नींबू सीगे उहदे मैं 4-4 फड़ियां कीतियां। जे तुसीं बारामासी नींबू लैणे आ तां तुसीं जिहड़ा हैगा उहनां नूं 8 फड़ियां वी कर सकदे हो, जां तुहाडी मर्जी है तुसीं उहदे 'च मधाड़ी चीरा वी पा सकदे हो। ਉਹ ਕਟਿੰਗ ਤੁਹਾਡੇ 'ਤੇ ਡਿਪੈਂਡ ਕਰਦੀ ਹੈ ਤੁਸੀਂ ਕਿੱਦਾਂ ਦਾ ਕੱਟਣਾ ਹੈ। ਵੈਸੇ ਮੈਂ ਰਿਕਮੈਂਡ ਕਰਦੀ ਹਾਂ ਵੀ ਥੋੜ੍ਹਾ ਛੋਟਾ ਸਾਈਜ਼ ਹੋਵੇ। ਕਈ ਵਾਰੀ ਜਿਹੜਾ ਬੱਚੇ ਘਰ ਦੇ ਵਿੱਚ ਲੈ ਲੈਂਦੇ ਆ, ਅਤੇ ਜੇ ਵੱਡਾ ਸਾਈਜ਼ ਹੋਊਗਾ ਤਾਂ ਉਹ ਜਿਹੜਾ ਨਿੰਬੂ ਕਈ ਵਾਰੀ ਅਚਾਰ ਜਿਹੜਾ ਉਹ ਵੀ ਵੇਸਟ ਹੋ ਜਾਂਦਾ, ਕਿਉਂਕਿ ਉਹ ਖਾਂਦੇ ਨਹੀਂ ਉਹ ਛੱਡਦੇ। ਛੋਟੀ ਫਾੜੀ ਹੋਊਗੀ ਤਾਂ ਜਿਹੜਾ ਹੈਗਾ ਆਪਣਾ ਅਚਾਰ ਜਿਹੜਾ ਘੱਟ ਵੇਸਟ ਹੋਊਗਾ। ਪਹਿਲਾਂ ਤੁਸੀਂ ਨਿੰਬੂਆਂ ਦੀ ਕਟਿੰਗ ਕਰ ਲੈਣੀ ਹੈ ਧੋ ਕੇ ਚੰਗੀ ਤਰ੍ਹਾਂ। ਉਸ ਤੋਂ ਬਾਅਦ ਉਹਦੇ ਵਿੱਚ ਜਿਹੜੀ ਹੈਗੀ ਹੈ ਚੀਨੀ ਅਤੇ ਨਮਕ ਮਿਲਾ ਦੇਣਾ। ਜਿਵੇਂ ਆਪਣੇ ਕੋਲ 1/2 ਕਿਲੋ ਹੈਗੇ ਆ ਚੀਨੀ ਆ ਨੰਬਰ ਨਿੰਬੂ ਆ, 3, 4, 5, 6, 7, 8, 9 ਤੇ 10 ਆਪਣੇ ਕੋਲ ਸਾਰੀ ਚੀਨੀ ਜਿਹੜੀ ਹੈਗੀ ਆ ਇਹ ਆਪਣੇ 10 ਗ੍ਰਾਮ ਦਾ ਹੈਗਾ, ਅਤੇ ਇਹ ਆ 1 ਚਮਚ 10 ਗ੍ਰਾਮ ਦਾ, ਇਹ ਆਪਾਂ ਜਿਹੜੀ ਹੈਗੀ ਆ ਜੇ ਕਿਲੋ ਦੇ ਵਿੱਚ ਆਪਣੇ ਹੈਗੀ ਆ 250 ਗ੍ਰਾਮ ਚੀਨੀ ਪੈਣੀ ਹੈ, ਅਤੇ ਆਪਣੀ ਚੀਨੀ ਜਿਹੜੀ ਆ ਹੋ ਰਹੀ ਹੈ 200 ਗ੍ਰਾਮ ਜਿਹੜਾ ਆਪਣਾ ਨਮਕ ਪੈਣਾ, ਇਹ ਆਪਣਾ 1/2 ਚੀਨੀ ਹੈ, 1/2 ਕਿਲੋ ਨਿੰਬੂ ਆ, 5 ਗ੍ਰਾਮ ਜਿਹੜਾ ਹੈਗਾ ਇਹਦੇ 'ਚ ਆਪਾਂ ਲਾਲ ਮਿਰਚ ਬਿਲਕੁਲ ਥੋੜ੍ਹੀ ਜਿਹੀ ਪਾਉਣੀ ਹੈ, ਥੋੜ੍ਹੀ ਜਿਹੀ ਕੌੜੀ ਜ਼ਿਆਦਾ, ਕਿਉਂਕਿ ਥੋੜ੍ਹਾ ਜਿਹਾ ਟੇਸਟ ਆਵੇ। ਜਿਹੜੀ ਆਪਾਂ ਅਜਵੈਣ ਪਾਉਣੀ ਆ, ਅਜਵੈਣ ਆਪਾਂ 20 ਗ੍ਰਾਮ ਪਾਉਣੀ ਹੈ, ਇਹ 'ਚ ਆਪਾਂ 2 ਚਮਚ ਪਾ ਦਾਂਗੇ ਅਜਵੈਣ। ਇਹ ਸਾਬਤ ਹੀ ਪਾਉਣੀ ਹੈ, ਤੁਹਾਡੀ ਮਰਜ਼ੀ, ਤੁਸੀਂ ਥੋੜ੍ਹਾ ਜਿਹਾ ਕਰ ਸਕਦੇ, ਪਰ ਬਰੀਕ ਹੁੰਦੀ ਹੈ ਇਹਨੂੰ ਆਪਾਂ ਸਾਬਤ ਹੀ ਪਾਉਣੇ, ਟੇਸਟ ਵਧੀਆ ਲੱਗਦਾ। ਗਰਮ ਮਸਾਲਾ ਆਪਣਾ ਸਾਰੇ ਪਏ ਨਾ, ਕਿਉਂਕਿ ਆਪਾਂ ਮਿਲ ਕੇ ਉਹਨਾਂ ਨੂੰ ਕੀਤਾ 5-5 ਗ੍ਰਾਮ ਜਿਹੜਾ ਆਪਾਂ ਸਾਰਾ ਪਾਇਆ। ਤੁਸੀਂ ਜੇ ਤੁਹਾਡੀ ਮਰਜ਼ੀ ਥੋੜ੍ਹਾ ਘੱਟ ਵੀ ਪਾ ਸਕਦੇ ਹੋ, ਪਰ ਜੇ ਮਸਾਲਾ ਵਿੱਚ ਹੋਵੇ ਤਾਂ ਆਪਣਾ ਟੇਸਟ ਜਿਹੜਾ ਹੈਗਾ ਵਧੀਆ ਆਉਂਦਾ। ਇਸ ਤੋਂ ਬਾਅਦ ਆਪਾਂ ਸਾਰਿਆਂ ਨੂੰ ਇੱਦਾਂ ਰਲਾ ਲੈਣਾ। ਰਲਾਉਣ ਤੋਂ ਬਾਅਦ ਜਿਹੜਾ ਤੁਸੀਂ ਕੰਟੇਨਰ ਲੈਣਾ ਉਹਦੇ 'ਚ ਜਿਹੜਾ ਹੈਗਾ ਭਰ ਕੇ, ਜਿਹੜਾ ਮਸਾਲਾ ਜਿਵੇਂ ਆਪਾਂ ਪਿਛਲੇ ਚਾਰ ਦੇ ਵਿੱਚ ਪਾਉਂਦੇ ਹਾਂ ਉਵੇਂ ਹੀ ਜਿਹੜਾ ਹੈਗਾ ਨਾਲ ਹੀ ਵਿੱਚ ਮਸਾਲਾ ਪਾ ਦੇਣਾ। ਚੀਨੀ ਆਪਾਂ ਸਾਬਤ ਪਾਈ ਹੈ, ਇਹਨੂੰ ਆਪਾਂ ਧੁੱਪ ਲਵਾਉਣੀ ਹੈ, ਜਿੰਨੀਆਂ ਧੁੱਪਾਂ ਲਵਾਓਗੇ ਉਨੀ ਛੇਤੀ ਤਿਆਰ ਹੋਊਗਾ ਅਚਾਰ, ਇਸ ਕਰਕੇ ਚੀਨੀ ਨੇ ਪਾਣੀ ਛੱਡ ਦੇਣਾ। ਇਹ ਕੋਈ ਉਹ ਲੋੜ ਨਹੀਂ ਹੈ ਵੀ ਤੁਹਾਨੂੰ ਇਹ ਨਹੀਂ ਆ ਵੀ ਅਸੀਂ ਪੀਸੀ ਨਹੀਂ ਪਾਈ। ਸਾਰਾ ਮਸਾਲਾ ਵਿੱਚ ਹੀ ਪਾਤਾ, ਇਹ ਜਿਵੇਂ ਹੁਣ ਆਪਾਂ ਅੱਜ ਪਾਇਆ ਕੱਲ੍ਹ ਤੱਕ ਹੀ ਇਹਨੇ ਜਿਹੜਾ ਹੈਗਾ ਪਾਣੀ ਛੱਡ ਦੇਣਾ ਚੀਨੀ ਨੇ, ਅਤੇ ਵਧੀਆ ਮਤਲਬ ਤੁਹਾਨੂੰ ਲੱਗੂਗਾ ਕਿ ਨਾ ਉਹ ਇਹ ਕੁਛ ਵੀ ਕੋਈ ਖਰਾਬ ਨਹੀਂ ਹੁੰਦਾ। ਇੱਦਾਂ ਹੀ ਤੁਸੀਂ ਰੱਖ ਕੇ ਇਹਨੂੰ 5-10 ਦੀਆਂ ਧੁੱਪਾਂ ਲਗਾਉਣੀਆਂ,
ਅਤੇ 5-10 ਧੁੱਪਾਂ ਦੇ ਵਿੱਚ ਇਹ ਨਰਮ ਹੋ ਜੂਗਾ, ਖਾਣ ਯੋਗ ਹੋ ਜੂਗਾ। ਪਰ ਜੇ ਤੁਸੀਂ ਚਾਹੁੰਦੇ ਹੋ ਵੀ ਰੰਗ ਇਹਦਾ ਕਾਲਾ ਹੋਵੇ, ਜਿਵੇਂ ਜਿਵੇਂ ਅਚਾਰ ਪੁਰਾਣਾ ਹੋਊਗਾ ਉਵੇਂ ਉਵੇਂ ਦਾ ਰੰਗ ਨਿੰਬੂ ਦਾ ਕਾਲਾ ਹੁੰਦਾ ਜਾਊਗਾ, ਉਵੇਂ ਉਵੇਂ ਤੁਹਾਡਾ ਟੇਸਟ ਦਾ ਵੀ ਜਿਹੜਾ ਹੈਗਾ ਜ਼ਿਆਦਾ ਫਰਕ ਪੈਣ ਲੱਗ ਜਾਊਗਾ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਜਿਹੜਾ ਇਹ ਰੈਸਪੀ ਜਿਹੜੀ ਹੈਗੀ ਸਮਝ ਆ ਗਈ ਹੋਣੀ ਹੈ। ਧੰਨਵਾਦ।